ਚੌਧਰੀ ਦਾ ਪੁੱਤਰ ਆ ਚੌਧਰੀ ਨੇ ਬੜੀ ਟੈਨਸ਼ਨ ਲਈ ਹੋਈ ਆ ਪੁੱਤਰ ਦਾ ਵਿਆਹ ਦੀ ਪੁੱਤਰ ਦਾ ਵਿਆਹ ਨਹੀਂ ਹੋ ਰਿਹਾ ਜਿੰਨੇ ਵੀ ਰਿਸ਼ਤੇ ਆ ਰਹੇ ਉਹ ਜਵਾਬ ਦੇ ਜਾਂਦੇ ਆ ਠੀਕ ਹੋ ਗਿਆ ਪੈਸਾ ਵੀ ਚੌਧਰੀ ਕੋ ਬਹੁਤ ਚੌਧਰੀ ਅਮੀਰ ਵੀ ਬੜਾ ਸਹੀ ਆ ਪਤਾ ਨਹੀਂ ਉਹ ਮੁੰਡੇ ਨੂੰ ਕੀ ਗੱਲ ਵਾ ਜਾਂ ਕਿਸੇ ਨੇ ਕੁਝ ਕੀਤਾ ਵਾ ਹਾਂਜੀ ਉਹਦਾ ਵਿਆਹ ਨਹੀਂ ਹੋ ਯਾਨੀ ਆਪੇ ਵਿਆਹ ਦੇ ਤੁਸੀਂ ਤਾਰੋ ਕਰਾਉਣਾ ਵਾ ਤੁਸੀਂ ਆਏ ਆ ਹਾਂਜੀ ਸਫਾਈ ਕਰਦੇ ਆ ਨੌਕਰ ਟੈਪ ਸਹੀ ਹੋ ਗਿਆ ਬਾਬਾ ਹੱਥ ਹਾਂਜੀ ਸੁਬਾ ਸੁਬਾ ਝਾੜ ਰਹੇ ਭਲੇ ਦਾ ਭਲਾ ਕੀ ਕਹਿੰਦੇ ਹੋ ਯਾਲਾ ਸਭ ਦਾ ਭਲਾ ਸਭ ਦਾ ਭਲਾ ਸਭ ਦੀ ਹੈ ਹਾਂਜੀ ਉਹ ਕਿਹਾ ਤਾਰੋ ਸ਼ੁਰੂ ਕਰਦਾ ਚੌਧਰੀ ਦਾ ਘਰ ਆ ਬਹੁਤ ਅੱਛਾ ਚੌਧਰੀ ਆ ਤਨਹਾ ਵੀ ਬੜੇ ਟਾਈਮ ਦੇ ਨਾਲ ਦਿੰਦਾ ਵਾ ਲੇਕਿਨ ਟੈਨਸ਼ਨ ਚੌਧਰੀ ਨੂੰ ਹਰ ਵੇਲੇ ਇੱਕੋ ਹੀ ਖਾਈ ਜਾਂਦੀ ਉਹਦਾ ਇੱਕ ਹੀ ਪੁੱਤਰ ਹੈ ਤੇ ਉਹਦਾ ਵਿਆਹ ਨਹੀਂ ਹੁੰਦਾ ਸਹੀ ਹੋ ਗਿਆ ਉਹ ਚਾਹੁੰਦਾ ਵਾ ਕਿ ਮੈਂ ਜਾਣ ਤੋਂ ਪਹਿਲੇ ਆਪਣੇ ਪੋਤਰੇ ਦਾ ਮੂੰਹ ਦੇਖ ਲਾਂ ਸਹੀ ਦੌਲਤ ਬਹੁਤ ਹੈਗੀ ਆ ਚੌਧਰੀ ਦਾ ਮੁੰਡਾ ਵੀ ਬਹੁਤ ਸੋਹਣਾ ਵਾ ਮਾਸ਼ਾਅੱਲਾ ਜਵਾਨ ਆ ਮੇਰੀ ਤੇ ਵੀ ਸਮਝ ਨਹੀਂ ਆਉਂਦਾ ਜਿਹੜੀ ਵੀ ਕੁੜੀ ਹੁੰਦੀ ਆ ਮੇਲੇ ਬੜਾ ਚੌਧਰੀ ਨਾਲ ਹੱਥੀ ਖੇਡਦੀ ਆ ਮੁੜ ਕੇ ਉਹ ਜਵਾਬ ਦੇ ਜਾਂਦੇ ਘਰ ਵਾਲੇ ਸਹੀ ਹੈ ਵਿਆਹ ਆ ਗਿਆ ਚੌਧਰੀ ਸਾਹਿਬ ਯਾਲਾ ਸਭ ਦਾ ਭਲਾ ਸਭ ਦੀ ਖੈਰ ਕਿਸੇ ਨੇਕ ਦੇ ਮੱਥੇ ਲਾਏ ਤੇ ਇਹਨਾਂ ਬੁਰਿਆਂ ਤੋਂ ਬਚਾਈ ਬਾ ਕਹਿੰਦਾ ਚੌਧਰੀ ਸਾਹਿਬ ਚੰਗੇ ਹੀ ਬੜੇ ਨੇ ਸਾਡੇ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਚੌਧਰੀ ਦੇ ਮੁੰਡੇ ਦਾ ਵਿਆਹ ਕਿਉਂ ਨਹੀਂ ਹੋਣ ਰਿਹਾ ਇੱਥੇ ਕਿਉਂਕਿ ਤੁਸੀਂ ਤਾਰਨ ਕਰਾਓ ਕਿ ਘਰ ਚੌਧਰੀ ਦਾ ਸਹੀ ਹੈ ਇਹ ਘਰ ਸਭ ਦਾ ਭਲਾ ਸਭ ਦੀ ਖੈਰ ਹਾਂਜੀ ਉੱਥੇ ਚੌਧਰੀ ਹਸਪਤਾਲ ਰਹਿੰਦਾ ਮਾਸ਼ਾਅੱਲਾ ਬਹੁਤ ਸਿਆਣਾ ਬੰਦਾ ਬਹੁਤ ਸਮਝਦਾਰ ਆ ਬੜੀ ਇੱਜ਼ਤ ਕਰਦਾ ਬੜਾ ਪਿਆਰ ਕਰਦਾ ਵਾ ਗਰੀਬਾਂ ਦੇ ਨਾਲ ਯਕੀਨ ਮੰਨੋ ਮੈਨੂੰ ਵੀ ਤਨਹਾ ਟਾਈਮ ਦੇ ਨਾਲ ਇੱਥੇ ਤੱਕ ਕਿ ਮੇਰੇ ਨਿਆਣੇ ਦੇ ਕਿਸੇ ਵੇਲੇ ਕੱਪੜੇ ਜੁੱਤੀਆਂ ਦੇ ਵੀ ਪੈਸੇ ਦੇ ਦਿੰਦਾ ਬਿੱਲ ਦਾ ਵੀ ਮੈਨੂੰ ਪੁੱਛ ਲੈਂਦਾ ਹਾਂਜੀ ਲੇਕਿਨ ਉਹ ਵਿਚਾਰੇ ਨੂੰ ਇੱਕੋ ਹੀ ਗਮ ਖਾਈ ਜਾਂਦਾ ਉਹਦਾ ਇੱਕ ਹੀ ਪੁੱਤਰ ਆ ਮਾਸ਼ਾਅੱਲਾ ਬੜਾ ਸੋਹਣਾ ਜਵਾਨ ਮੁੰਡਾ ਵਾ ਉਹਦਾ ਲੇਕਿਨ ਉਹਦਾ ਵਿਆਹ ਨਹੀਂ ਹੁੰਦਾ ਜਿੰਨੇ ਵੀ ਰਿਸ਼ਤੇ ਆਉਂਦੇ ਆ ਉਹ ਜਾਣ ਲੱਗੇ ਵਾਪਸ ਜਾਣ ਲੱਗੇ ਨਾ ਜਵਾਬ ਹੀ ਦੇ ਜਾਂਦੇ ਸਹੀ ਹੈ ਹਾਂ ਤਾਰਫ ਪੂਰਾ ਜਰਾ ਭਰ ਗਏ ਇਹਨਾਂ ਦਾ ਸ਼ਾਰਟ ਨਹੀਂ ਕਰਨੀ ਸਹੀ 2 ਮਿੰਟ ਲਾਣੇ ਇਹਨਾਂ ਦੇ ਤਾਰਫ ਤੇ ਕਿ ਬਹੁਤ ਚੰਗੇ ਆ ਬਹੁਤ ਅਮੀਰ ਆ ਬਹੁਤ ਰਈਸ ਆ ਮੇਰੇ ਨਿਆਣਿਆਂ ਨੂੰ ਮੇਰੀ ਗੁੱਡੀ ਨੂੰ ਹਰ ਫੰਕਸ਼ਨ ਤੇ ਬੁਲਾਉਂਦੇ ਕੋਈ ਵੀ ਗੱਲ ਭਾਲਾ 2-3 ਮਿੰਟ ਲਾ ਰਹੇ ਆ ਯਾਲਾ ਸਭ ਦਾ ਭਲਾ ਸਭ ਦੀ ਖੈਰ ਕਿਸੇ ਨੇਕ ਦੇ ਮੱਥੇ ਲਾਈ ਤੇ ਨਾ ਬੁਰਿਆਂ ਤੋਂ ਬਚਾਈ ਬਾਇਆ ਕਹਿੰਦਾ ਸਾਡੇ ਚੌਧਰੀ ਸਾਹਿਬ ਬੜੇ ਹੀ ਚੰਗੇ ਨੇ ਚੌਧਰੀ ਹਸ਼ਮਤ ਸਾਹਿਬ ਉਹਨਾਂ ਦਾ ਇੱਕੋ ਇੱਕ ਮੁੰਡਾ ਤੇ ਆ ਦੇਖੋ ਕਿੱਡੀ ਸੋਹਣੀ ਉਹਨੇ ਘਰ ਬਣਾਇਆ ਕਿੱਡੀ ਸੋਹਣੀ ਕੋਠੀ ਬਣਾਈ ਮਾਸ਼ਾਅੱਲਾ ਕਿਆ ਕਹਿਣੇ ਬਸ ਇੱਕੋ ਗੱਲ ਹੀ ਮੈਨੂੰ ਟੈਨਸ਼ਨ ਲੈ ਜਾਣ ਡਈ ਆ ਮੈਨੂੰ ਵੀ ਤੇ ਚੌਧਰੀ ਸਾਹਿਬ ਨੂੰ ਵੀ ਉਹਦਾ ਮੁੰਡੇ ਦਾ ਵਿਆਹ ਨਹੀਂ ਹੋਣ ਡਿਆ ਹਾਲਾਂਕਿ ਜਿੱਥੇ ਜਾਂਦਾ ਜਿਹੜੇ ਫੰਕਸ਼ਨ ਤੇ ਜਾਂਦਾ ਮੈਨੂੰ ਪਹਿਲੇ ਨਾਲ ਲੈ ਕੇ ਜਾਂਦਾ ਔਰ ਮੁਹੱਲੇ ਦੇ ਵਿੱਚ ਕੋਈ ਗਰੀਬ ਰਹਿਣ ਨਹੀਂ ਦਿੱਤਾ ਉਹਨੇ ਜਿਹੜਾ ਆਉਂਦਾ ਵਾ ਮਸਕੀਨ ਪੁੱਛਦਾ ਵਾ ਖਾਣੇ ਦਾ ਰੋਟੀ ਦਾ ਉਹ ਚੌਧਰੀ ਸਾਹਿਬ ਨੂੰ ਲੈ ਕੇ ਦਿੰਦੇ ਨੇ ਆਟਾ ਲੈ ਕੇ ਦਿੰਦੇ ਨੇ ਰੋਟੀ ਪਵਾਂ ਆ ਭੁੱਖੇ ਰਹਿਣ ਇੱਥੇ ਤੱਕ ਕਿ ਮੇਰਾ ਵਿਆਹ ਵੀ ਉਹਨਾਂ ਨੇ ਆਪਣੇ ਹੱਥੀ ਕੀਤਾ ਸਾਰਾ ਖਰਚਾ ਕੋਲੋਂ ਕੀਤਾ ਮੈਂ ਕਹਿੰਦਾ ਇੱਥੇ ਤੱਕ ਕਿ ਮੇਰੇ ਵਿਆਹ ਦਾ ਖਰਚਾ ਵੀ ਸਾਰਾ ਉਹਨੇ ਹੀ ਕੀਤਾ ਚੌਧਰੀ ਨੇ ਸਾਡੇ ਨੇ ਬੜਾ ਹੀ ਚੰਗਾ ਯਾਰ ਪਰ ਉਹ ਇੱਕ ਸਮਝ ਨਹੀਂ ਆਉਣ ਡਈ ਚੌਧਰੀ ਦੇ ਮੁੰਡੇ ਦਾ ਵਿਆਹ ਕਿਉਂ ਨਹੀਂ ਹੁੰਦਾ ਹਾਲਾਂਕਿ ਚੰਗਾ ਬੜਾ ਸੋਹਣਾ ਮੈਂ ਤਾਂ ਕੱਖ ਵੀ ਨਹੀਂ ਤੇ ਹੈ ਉਹ ਵੀ ਕੱਖ ਨਹੀਂ 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 ਉਹ ਬੜਾ ਸੋਹਣਾ ਸੱਚ ਮੈਨੂੰ ਯਾਦ ਭੁੱਲ ਗਿਆ ਸੀ ਤੇ ਬੜਾ ਸੋਹਣਾ ਵਾ ਇੰਨਾ ਸੋਹਣਾ ਕਿ ਪੂਰੇ ਮਹੱਲੇ 'ਚ ਸਾਡੇ ਇੰਜ ਦਾ ਬੰਦਾ ਕੋਈ ਨਹੀਂਗਾ ਤੇ ਲੇਕਿਨ ਪਤਾ ਨਹੀਂ ਮੈਨੂੰ ਇਹ ਸਮਝ ਨਹੀਂ ਆਉਣ ਡਈ ਚੌਧਰੀ ਸਾਹਿਬ ਆਪ ਬੜੇ ਸਿਆਣੇ ਆਦਮੀ ਆ ਪਰ ਉਹਦੇ ਮੁੰਡੇ ਦਾ ਵਿਆਹ ਕਿਉਂ ਨਹੀਂ ਹੋਣ ਡਿਆ ਜਿਹੜਾ ਰਿਸ਼ਤੇ ਵਾਲਾ ਹੁੰਦਾ ਉਹ ਜਵਾਬ ਦੇ ਕੇ ਚੱਲ ਜਾਂਦਾ ਇਹ ਗੱਲ ਤੋਂ ਤੇਰੀ ਤੁਸੀਂ ਆ ਗਈ ਸਾਹਿਬ ਢਿੱਲੇ ਵੀ ਰਹਿੰਦੇ ਆ ਬਿਮਾਰ ਵੀ ਰਹਿੰਦੇ ਆ ਸਹੀ ਹੈ ਸਾਹਿਬ ਤੁਸੀਂ ਇਹੀ ਮੈਸੇਜ ਦੇ ਰਹੇ ਆ ਕਿ ਜਿਹੜੇ ਕੀ ਨਾਮ ਰੱਖਦਾ ਹੈ ਤੇ ਰਾਜੂ ਹੋ ਗਿਆ ਰਾਜੂ ਹਾਂ ਜਿਹੜਾ ਮਨ ਸੇ ਲੱਗੇ ਜਿਹੜਾ ਅੱਜ ਨੌਕਰ ਆਪਣੇ ਲੋ ਜੀ ਚੌਧਰੀ ਸਾਹਿਬ ਤੇ ਸਾਡੇ ਨਾ ਬਿਮਾਰ ਰਹਿੰਦੇ ਵਿਚਾਰੇ ਪਤਾ ਨਹੀਂ ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਕਿਉਂਕਿ ਆਪਣੇ ਪੁੱਤਰ ਦੀ ਟੈਨਸ਼ਨ ਹੀ ਨਹੀਂ ਲਈ ਉਹਨਾਂ ਨੇ ਉਹ ਰਾਜੂ ਹਾਂਜੀ ਚੌਧਰੀ ਸਾਹਿਬ ਉਹ ਰਾਜੂ ਤੂੰ ਕਿੱਥੇ ਚਲਾ ਜਾਂਦਾ ਯਾਰ ਉਹ ਚੌਧਰੀ ਸਾਹਿਬ ਮੈਂ ਇੱਥੇ ਸਫਾਈਆਂ ਕਰ ਰਿਹਾ ਸੀ ਘਰ ਦੀਆਂ ਉਹ ਮੇਰੇ ਕਮਰੇ 'ਚ ਰਿਹਾ ਕਰ ਮੈਨੂੰ ਕੋਈ ਦੁਆ ਦਾਰੂ ਦਿਆ ਕਰ ਮੈਂ ਤੇ ਅੱਗੇ ਬਹੁਤ ਪਰੇਸ਼ਾਨ ਰਹਿਣਾ ਨਹੀਂ ਨਹੀਂ ਚੌਧਰੀ ਸਾਹਿਬ ਤੁਹਾਡੀ ਪਰੇਸ਼ਾਨੀ ਵੈਸੇ ਮਿਟ ਜਾਣੀ ਆ ਉਹ ਮੇਰੀ ਗੱਲ ਸੁਣ ਪਰੇਸ਼ਾਨੀ ਪਹਿਲਾਂ ਪੁੱਛ ਕੀ ਹੈ ਕੀ ਹੈ ਉਹ ਇੱਕ ਤਾਂ ਮੇਰਾ ਪੁੱਤਰ ਹਾਂਜੀ ਉਹ ਮੇਰਾ ਪੁੱਤਰ ਦਾ ਕੋਈ ਜਿਹੜਾ ਰਿਸ਼ਤਾ ਆਉਂਦਾ ਉਹ ਵੇਖ ਕੇ ਜੱਫੀਆਂ ਪਾ ਕੇ ਰੋਟੀ ਛੋਟੀ ਖਾ ਕੇ ਚਲੇ ਜਾਂਦੇ ਓਏ ਕੋਈ ਵੀ ਹਾਂ ਨਹੀਂ ਕਰ ਉਹ ਮੈਂ ਚਾਹਨਾ ਆਪਣੇ ਜੂਦੇ ਜੀ ਓਏ ਆਪਣੇ ਕੋਈ ਪੋਤੇ ਦਾ ਮੂੰਹ ਵੇਖ ਲਵਾਂ ਉਹ ਕਿਸੇ ਪੋਤੀ ਦਾ ਮੂੰਹ ਵੇਖ ਲਵਾਂ ਆਏ ਕਿ ਪਿਛਲੇ ਦਿਨ ਨਹੀਂ ਰਿਸ਼ਤਾ ਆਇਆ ਹਾਂਜੀ ਹਾਂਜੀ ਉਹ ਬੜੇ ਮਿਲ ਮਾਲਕ ਸੀ ਹਾਂਜੀ ਹਾਂਜੀ ਮੈਂ ਬੜਾ ਰਾਜ਼ੀ ਮੈਂ ਕਿਹਾ ਚਲੋ ਆਹ ਰਿਸ਼ਤਾ ਮੇਰੀ ਬੱਚੇ ਵਾਸਤੇ ਮੰਨ ਲੈਣਗੇ ਹੋਣ ਗਏ ਜਿਹਨੂੰ ਉਹਨਾਂ ਦੀ ਸੁਣ ਲਾ ਹਾਂਜੀ ਕਿੰਨੇ ਪੈਸੇ ਲੱਗੇ ਮੇਰੇ ਕਿੰਨੇ 50,000 ਰੁਪਇਆ ਉਹਨਾਂ ਦੀ ਰੋਟੀ ਦੇ ਲੱਗ ਜਾਣ ਲੱਗਿਆ ਫਿਰ ਕਹਿ ਗਏ ਅੱਛਾ ਜੀ ਫਿਰ ਤੁਸੀਂ ਕਿਤੇ ਹੋਰ ਇੰਤਜ਼ਾਮ ਕਰ
ਇਸ ਤਰ੍ਹਾਂ ਮੈਂ ਕਹਿੰਦਾ ਸਾਹਿਬ ਜੀ ਅਭੀ ਜਾਣ ਲਈ ਬਹਿ ਗਏ ਸੀ ਤੁਹਾਨੂੰ ਫੋਨ ਤੇ ਦੱਸਾਂਗੇ ਮੈਂ ਕਹਿੰਦਾ ਸਾਹਿਬ ਜੀ ਹਾਂਜੀ ਤੁਸੀਂ ਰਿਸ਼ਤਿਆਂ ਨੂੰ ਛੱਡੋ ਹਾਂ ਤੁਸੀਂ ਮੁੰਡਾ ਕਿਤੇ ਹਸਪਤਾਲ ਦਾਖਲ ਕਰਾਓ ਉਹ ਕਿਉਂ ਬੋਤ ਮੈਨੂੰ ਲੱਗ ਰਿਹਾ ਉਹਦੀ ਹਰਕਤਾਂ ਠੀਕ ਨਹੀਂ ਜਿਹੜਾ ਹਰ ਬੰਦਾ ਹੀ ਆਉਂਦਾ ਜਵਾਬ ਦੇ ਜਾਂਦਾ